चलिए जुड़ जाइए आप मेरे साथ, एक खूबसूरत नज़ारा आपको देखने को मिलेगा। जिला होशियारपुर के गांव खैराबाद ने ये संगे बुनियाद रखा जा रहा है गुरुद्वारा साहिब श्री रविदास जी का। तो देखिए देखिए ये प्यार आपसी भाईचारे की जिंदा मिसाल आपको पंजाब से मैं लाइव दिखा रहा हूँ। ये गुरुद्वारा साहब का संगे बुनियाद शाही इमाम पंजाब मौलाना मोहम्मद उस्मान जनानी ने ध्यानवी के दस्ते मुबारक से जो है रखवाया जा रहा है। देखिए आप ये देखिए ये खूबसूरती है हमारे पंजाब की, जो आपको पंजाब में ही देखने को मिलेगी। ये गुरुद्वारा साहब श्री रविदास जी का संगे बुनियाद जो है रखा जा रहा है जिला होशियारपुर के गांव दसुआ। तो मैं आप जो लोग मेरे साथ लाइव हैं इस खूबसूरत नज़ारे को देखिए और ये प्यार और मोहब्बत की मिसाल जो है आपके सामने नज़र आ रही है आपको। ਇੱਕ ਮਿੰਟ ਇੱਥੇ ਕਰ ਦਿੱਤੀ ਇੱਥੇ ਬਸ ਕਰਨੀ ਤੋਂ ਜੋ ਵੀ ਵਾਈਟ ਕਰਨੀ ਮੈਂ ਤੁਹਾਨੂੰ ਆਪਣੇ ਘਰੇ ਇੱਦਾਂ ਲਵਾ ਕੇ ਬਸ ਗੇੜਾ ਲਵਾ ਕੇ ਲੈ। ਬਿਸਮਿਲ੍ਲਾ ਰਹਿਮਾਨ ਰਹੀਮ, ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਅਤੇ ਨਿਹਾਇਤ ਰਹਿਮ ਕਰਨ ਵਾਲਾ। ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਹਾਂ, ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ। ਮੈਂ ਸਮਝਦਾ ਕਿ ਬਹੁਤ ਹੀ ਵੱਡਾ ਮੌਕਾ ਹੈ ਔਰ ਖੁਦਾ ਤਾਲਾ ਵੱਲੋਂ ਬਹੁਤ ਵੱਡੀ ਰਹਿਮਤ ਦਾ ਦਿਨ ਹੈ ਕਿ ਸਾਈਂ ਮੀਆਂ ਮੀਰ ਸਾਹਿਬ ਰਹਿਮਤੁੱਲਾ ਲਏ, ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਉਹ ਤਾਜ਼ਾ ਕੀਤਾ। ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ, ਇਹ ਪੂਰੀ ਦੁਨੀਆ ਨੂੰ ਹਮੇਸ਼ਾ ਹੀ ਮਿੱਠੀ ਹਵਾ ਦੇ ਤੌਰ 'ਤੇ, ਠੰਡੀ ਹਵਾ ਦੇ ਤੌਰ 'ਤੇ ਸੈਰਾਬ ਕਰਦੀ ਰਹੇਗੀ। ਇਸ ਮੌਕੇ ਦੇ ਉੱਤੇ ਮੈਂ ਗੁਰਦਿਆਲ ਸਿੰਘ ਜੀ ਦਾ ਬਹੁਤ ਬਹੁਤ ਰਿਣੀ ਹਾਂ ਔਰ ਪਿੰਡ ਦੀ ਸਾਰੀ ਪੰਚਾਇਤ ਦਾ, ਜਿਨ੍ਹਾਂ ਨੇ ਇਸ ਮੌਕੇ 'ਤੇ ਸਾਨੂੰ ਅੱਜ ਯਾਦ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਨੀਂਹ ਪੱਥਰ ਸਮਾਗਮ ਦੇ ਵਿੱਚ ਸਾਨੂੰ ਸ਼ਮੂਲੀਅਤ ਦਾ ਮੌਕਾ ਦਿੱਤਾ। ਅਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੇ ਏਕਤਾ ਦੇ ਨਾਲ ਅੱਗੇ ਵੱਧਦੇ ਹੋਏ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ, ਸਾਂਝ, ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ। ਅੱਜ ਪਿੰਡ ਖੈਰਾਬਾਦ ਤੋਂ ਇੱਕ ਵਾਰ ਫਿਰ ਸਾਰੇ ਸੰਤ ਮਹਾਰਾਜ ਜਿਹੜੇ ਆਏ ਨੇ, ਨਿਹੰਗ ਜਥੇਬੰਦੀਆਂ ਆਏ ਨੇ, ਸਾਡੇ ਹੁਸ਼ਿਆਰਪੁਰ ਦੇ DFO ਸਾਹਿਬ ਆਏ ਨੇ, ਇਹਨਾਂ ਸਾਰਿਆਂ ਨੇ ਜੋ ਪਿਆਰ ਦਾ ਪੈਗਾਮ ਜਿਹੜਾ ਇਕੱਠੇ ਹੋ ਕੇ ਅੱਜ ਦਿੱਤਾ। ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ, ਸੰਤ ਕੇਵਲ ਜੀ ਮੇਰੇ ਨਾਲ ਮੌਜੂਦ ਨੇ, ਸਾਡੇ ਵੱਡੇ ਭਰਾ ਨੇ,
ਤੇ ਮੈਂ ਸਮਝਦਾ ਕਿ ਸਾਈਂ ਮੀਆਂ ਮੀਰ ਸਾਹਿਬ ਰਹਿਮਤੁੱਲਾ ਅਲੈਹ ਦੀ ਜਿਹੜੀ ਯਾਦ ਅਸੀਂ ਸਾਰਿਆਂ ਨੇ ਮਿਲ ਕੇ ਤਾਜ਼ਾ ਕੀਤੀ ਹੈ, ਇਸੀ ਤਰ੍ਹਾਂ ਅੱਗੇ ਵੱਧਦੇ ਰਹਾਂਗੇ ਔਰ ਪੰਜਾਬ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ 'ਚ ਸਾਡੀ ਮਾਂ ਬੋਲੀ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੋਰ ਵਾਧਾ ਫੁੱਲਦਾ ਰਹੇ। ਮੈਂ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਆਸ਼ੀਰਵਾਦ ਸਦਕਾ ਅੱਜ ਨਗਰ ਖੈਰਾਬਾਦ 'ਚ ਗੁਰੂ ਪਾਤਸ਼ਾਹ ਜੀ ਦੇ ਸੁੰਦਰ ਭਵਨ ਦਾ ਨਿਰਮਾਣ ਕਰਨ ਲਈ ਨੀਂਹ ਪੱਥਰ ਰੱਖਣ ਦਾ ਦਿਹਾੜਾ ਸੀ। ਅੱਜ ਬੜੀ ਮੁਕੱਦਸ ਇਹ ਦਿਹਾੜਾ ਹੈ ਕਿ ਇਸ ਦਿਹਾੜੇ 'ਤੇ ਸਾਡੇ ਬਹੁਤ ਹੀ ਅਜ਼ੀਜ਼ ਮਹਿਨਾਜ਼ ਹਸਤੀ ਸ਼ਾਹੀ ਇਮਾਮ ਉਸਮਾਨੀ ਸਾਹਿਬ ਲੁਧਿਆਣੇ ਤੋਂ ਚੇਚੇ ਤੌਰ 'ਤੇ ਚੱਲ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਆਏ ਨੇ। ਜਿਵੇਂ ਕਦੇ ਇਸ ਧਰਤੀ 'ਤੇ ਸਾਂਝੀਵਾਲਤਾ ਦਾ ਪੈਗਾਮ ਦਿੰਦੇ ਹੋਏ ਇੱਕ ਓਂਕਾਰ ਦਾ ਨਾਦ ਜਿੱਥੋਂ ਧੁੰਨ ਗੂੰਜਦੀ ਹੈ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੀਵਾਲਤਾ ਦਾ ਘਰ, ਉਸ ਘਰ ਦੀ ਜਿਹੜੀ ਨੀਂਹ ਪੱਥਰ ਹੈ ਉਹ ਸਾਨੂੰ ਦੇਖਣ ਨੂੰ ਨਸੀਬ ਨਹੀਂ ਸੀ ਹੋਇਆ ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਉਦੋਂ ਪਾਤਸ਼ਾਹ ਨੇ ਵਰਤਾਇਆ ਸੀ, ਪਰ ਅੱਜ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨੀਂਹ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਹਨਾਂ ਤੋਂ ਰਖਾ ਕਰਕੇ ਅੱਜ ਸਾਈਂ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜ਼ਾ ਕੀਤਾ। ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਕਿਹੜੇ ਸ਼ਬਦ ਬਿਆਨ ਕਰਾਂ। ਸੰਗਤਾਂ ਦਾ ਧੰਨਵਾਦ ਕਰਾਂ, ਮੈਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਾਂ ਕਿ ਸ਼ਾਹੀ ਇਮਾਮ ਦਾ ਸਾਹਿਬ ਦਾ ਧੰਨਵਾਦ ਕਰਾਂ ਔਰ ਜਿੱਥੇ ਅੱਜ ਇੱਥੇ ਸੰਤ ਮਹਾਂਪੁਰਸ਼ ਆਏ ਉੱਥੇ ਸਾਡੇ 'ਚ ਬੁੱਧੀਜੀਵੀ ਡਾਕਟਰ ਲਖਵੀਰ ਸਿੰਘ ਜੀ DHO ਸਾਹਿਬ ਵੀ ਬਿਰਾਜਮਾਨ ਹੈ ਜਿਹੜੇ ਸੱਚਮੁੱਚ ਮਨੁੱਖਤਾ ਦੀ ਸੇਵਾ ਕਰਦੇ ਨੇ। ਸੋ ਅੱਜ ਮੈਂ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਹੈ। ਮੇਰਾ ਰੋਮ ਰੋਮ ਧੰਨਵਾਦ ਕਰਦਾ ਪਾਤਸ਼ਾਹ, ਤੂੰ ਬੜਾ ਬੇਅੰਤ ਹੈ, ਤੂੰ ਐਸੀ ਖੇਡ ਅੱਜ ਰਚਾਈ, ਅੱਜ ਤੂੰ ਸਾਈਂ ਮੀਆਂ ਮੀਰ ਸਾਹਿਬ ਦੇ ਚੋਜ ਨੂੰ ਸਾਡੇ ਸਾਹਮਣੇ ਅੱਖਾਂ ਸਾਹਮਣੇ ਵਰਤਾ ਕੇ ਸਾਨੂੰ ਕਿਰਤਾਰਥ ਕੀਤਾ। ਇਹ ਪਾਤਸ਼ਾਹ ਤੇਰਾ ਕੇਟ ਕੇਟ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਪਿੰਡ ਖੈਰਾਬਾਦ ਵਿਖੇ ਜਿਹੜਾ ਸ਼ਾਹੀ ਇਮਾਮ ਜੀ ਆਏ, ਭਾਈ ਸਾਹਿਬ ਕੇਵਲ ਸਿੰਘ ਜੀ ਖੁਰਾਲਗੜ੍ਹ ਤੋਂ ਆਏ ਆ, ਹੋਰ ਵੀ ਬਾਬਾ ਗੁਰਦੇਵ ਸਿੰਘ ਜੀ, ਹੋਰ ਨਾਮ ਕਿਹਨਾਂ ਕਿਹਨਾਂ ਦੇ ਲਈਏ ਕੋਈ ਨਹੀਂ, ਸਾਰਿਆਂ ਦੇ ਨਾਂ ਹੋ ਗਏ। ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਐਕਸਟੈਂਸ਼ਨ ਅੱਗੇ ਵਿਸਥਾਰ ਹੋਣਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਹੈ। ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਹੈ, ਨੀਂਹ ਪੱਥਰ ਤਾਂ ਬਹੁਤ ਦੇਖੇ ਆ, ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ, ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ ਉਹਦਾ ਅਮਲੀ ਜਾਮਾ ਪਹਿਨਾਇਆ, ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ। ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ, ਉਹਨਾਂ ਦੇ ਸ਼ਬਦ ਹੈ, ਕੋਈ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ, ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨਬੋ, ਹਿੰਦੂ ਤੁਰਕ ਕਉ ਰਾਫਜ਼ੀ ਇਮਾਮ ਸਾਫ਼ੀ ਮਾਨੁਸ਼ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ, ਉਹਦਾ ਰੂਪ ਦੇਖਣ ਨੂੰ ਮਿਲਿਆ। ਨਹੀਂ ਤਾਂ ਕਈ ਜਗ੍ਹਾ ਇੱਦਾਂ ਲੱਗਦਾ ਵੀ ਧਰਮ ਜਿਹੜਾ ਆ ਉਹ ਜੁੱਧਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ, ਪਰ ਧਰਮ ਦਾ ਜਿਹੜਾ ਅਸਲੀ ਸਰੂਪ ਆ, ਜਿਹੜਾ ਕਿਹਾ ਧਰਮ ਜੋੜਦਾ ਹੈ ਤੋੜਦਾ ਨਹੀਂ, ਉਹਦਾ ਸਰੂਪ ਮਿਲ ਰਿਹਾ ਔਰ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਪਰਮਾਤਮਾ ਅੱਲਾ ਪਾਕ ਵੀ ਖੁਸ਼ ਹੋ ਰਿਹਾ ਵੀ ਜਿਹੜਾ ਮੇਰਾ ਸੱਚੀ ਸੰਦੇਸ਼ ਆ ਉਹਦਾ ਅਮਲੀ ਜਾਮਾ ਪਹਿਨਾ ਰਹੇ ਆ, ਇੱਕ ਗੁਰਦੁਆਰਾ ਸਾਹਿਬ ਦਾ ਨੀਂਹ ਵੀ ਰੱਖ ਰਿਹਾ ਜਿੱਥੇ ਕਮ ਸੇ ਕਮ ਇਬਾਦਤ ਲਈ ਇਕੱਠੇ ਹੋਣਾ ਰੱਬ ਦੇ ਨਾਂ 'ਤੇ ਤਾਂ ਇਕੱਠੇ ਹੋਣ, ਅਤੇ ਉਹਦੇ ਤੋਂ ਬਾਅਦ ਫਿਰ ਕੰਮਾਂ ਕਾਰਾਂ 'ਚ ਵੀ ਇਕੱਠੇ ਹੋ ਜਾਣਗੇ, ਸਾਰੀ ਸੈਰੇਮਨੀਜ਼ ਵਿੱਚ ਵੀ ਇਕੱਠੇ ਹੋਣਗੇ। ਤੋ ਭਾਈ ਸਾਹਿਬ ਸਾਡੇ ਗੁਰਦਿਆਲ ਸਿੰਘ ਜਿਹਦਾ ਨਾਂ ਵਿਸ਼ੇਸ਼ ਰੂਪ 'ਚ ਮੈਂ ਲੈਣਾ ਨਹੀਂ ਭੁੱਲਣਾ ਚਾਹੁੰਦਾ, ਜਿਹੜਾ ਬਹੁਤ ਹੀ ਇੰਨੀ ਸ਼ਿੱਦਤ ਨਾਲ ਇੰਨੀ ਸਤਿਕਾਰ ਇੰਨਾ ਇਹਨੇ ਦਿਲੋਂ ਕੀਤਾ, ਤਾਂ ਉਹ ਭਗਤਾਂ ਦਾ ਯਾਦ ਆਉਂਦਾ ਜਿਹੜੇ
ਸ਼੍ਰੀ ਰਾਮ ਲਈ ਵੀ ਸ਼ਬਰੀ ਕਿੱਦਾਂ ਉਹ ਝਾੜੂ ਹੀ ਫਿਰਦੀ ਰਹੀ ਗਲੀਆਂ 'ਚ ਵੀ ਕਦੇ ਆਉਣਗੇ। ਸੋ ਇਹ ਇਹਨਾਂ ਨੇ ਵੀ ਪੂਰਾ ਆਪਣਾ ਭਗਤੀ ਦਾ ਔਰ ਪਿਆਰ ਦਾ ਸ਼ਰਧਾ ਦਾ ਜਿਹੜਾ ਪ੍ਰਮਾਣ ਦਿੱਤਾ, ਇਹਨਾਂ ਨੂੰ ਵੀ ਸਤਿਗੁਰੂ ਬਹੁਤ ਆਸ਼ੀਰਵਾਦਾਂ ਨਾਲ ਨਵਾਜ਼ਣ। ਔਰ ਜਿੰਨੀ ਵੀ ਹੋਰ ਕਮੇਟੀ ਹੈ ਜਿਨ੍ਹਾਂ ਦੇ ਨਾਂ ਨਹੀਂ ਲਏ ਜਾ ਸਕਦੇ, ਉਹ ਸਾਰੇ ਹੀ ਬਹੁਤ ਹੀ ਖੁਸ਼ੀਆਂ ਮਾਨਣ। ਔਰ ਇਸ ਗੁਰਦੁਆਰਾ ਸਾਹਿਬ 'ਚੋਂ ਵੀ ਜੋ ਸ਼੍ਰੀ ਗੁਰੂ ਰਵਿਦਾਸ ਮਹਾਂ ਸੰਤਾਂ ਸਤਿਗੁਰੂ ਦਾ ਸੀ ਸੰਦੇਸ਼, ਏਕਤਾ ਸਾਂਝੀਵਾਲਤਾ ਭਾਈਚਾਰੇ ਦਾ ਔਰ ਅਪਲਿਫਟਮੈਂਟ ਦਾ ਜਿਹੜਾ ਹੇਠਾਂ ਡਾਊਨ ਟਰੋਡਨ ਆ, ਉਹ ਸੰਦੇਸ਼ ਦੇ ਵੱਲ ਹੀ ਸਾਰੇ ਸਮਰਪਿਤ ਰਹਿਣ ਸਾਰੀ ਜ਼ਿੰਦਗੀ। ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹੁੰਦਾ। ਸਾਡੇ ਸੰਤ ਗੁਰਦੇਵ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਸਮਾਗਮ ਹੈ ਬਹੁਤ ਖੁਸ਼ੀਆਂ ਭਰਿਆ। ਸੋ ਇਸ ਨਗਰ ਨੂੰ ਜਿੱਥੇ ਵਧਾਈ ਦਿੰਦੇ ਹਾਂ, ਉਸ ਇਲਾਕੇ ਨੂੰ ਵਧਾਈ ਦਿੰਦੇ ਹਾਂ, ਆਏ ਮਹਾਂਪੁਰਸ਼ਾਂ ਨੂੰ, ਸਾਰੇ ਹੀ ਧਰਮਾਂ ਦੇ ਸੰਤ ਸਮਾਜ ਨੂੰ ਵੀ ਨਾਲ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਪਹਿਲਾਂ ਬਾਬਾ ਜੀ ਕੇਵਲ ਸਿੰਘ ਜੀ ਨੇ ਜਾਂ ਮਾਮ ਸਾਹਿਬ ਨੇ ਜਾਂ ਡਾਕਟਰ ਲਖਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਦੱਸਤਾ ਕਿ ਅੱਜ ਸਾਡੇ 'ਤੇ ਅੱਲਾ ਵੀ ਖੁਸ਼, ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈਂ ਮੀਆਂ ਮੀਰ ਜੀ ਤੋਂ ਜਿਸ ਵੇਲੇ ਨੀਂਹ ਰੱਖ ਰਹੇ ਹਨ, ਅਤੇ ਸਾਈਂ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ, ਅਤੇ ਮੈਂ ਕਿਹਾ ਮੈਨੂੰ ਤਾਂ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕੌਤਕ ਕੀਤਾ ਸੀ, ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕੌਤਕ ਕਰਾ ਰਹੇ ਨੇ। ਬੜੀ ਮੈਨੂੰ ਖੁਸ਼ੀ ਅਤੇ ਬੜਾ ਇੱਥੇ ਆਉਣ 'ਤੇ ਮਾਣ ਵੀ ਮਿਲਿਆ ਕਿ ਗੁਰੂ ਸਾਹਿਬ ਨੇ ਐਡਾ ਚਮਤਕਾਰ ਕੀਤਾ। ਇਹ ਸਾਰਿਆਂ 'ਤੇ ਗੁਰੂ ਸਾਹਿਬ ਕਿਰਪਾ ਕਰਨ, ਜਿਵੇਂ ਕਿ ਸਾਈਂ ਜੀ ਨੇ ਪਹਿਲਾਂ ਬੜੇ ਵਿਸਤਾਰ ਨਾਲ ਦੱਸਿਆ ਕਿ ਧਰਮ ਦੀ ਜਿਹੜੀ ਗੱਲ ਹੈ, ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਹੀਂ ਕਮਾਇਆ, ਸੇਵਾ ਸਾਧ ਨਹੀਂ ਜਾਣੇ ਹਰਾਇਆ। ਆਪਾਂ ਜਪ ਵੀ ਕਰਨਾ ਅਤੇ ਤਪ ਵੀ ਕਰਨਾ ਅਤੇ ਸੰਜਮ 'ਚ ਵੀ ਰਹਿਣਾ। ਸੋ ਗੁਰਮੁਖ ਪਿਆਰਿਓ, ਬੜੇ ਵਿਸਤਾਰ ਨਾਲ ਸਾਰੇ ਹੀ ਧੰਤਾ ਦੇ ਯੋਗ, ਸਾਰਿਆਂ ਨੂੰ ਵਧਾਈ ਹੈ ਦਾਸ ਵੱਲੋਂ, ਦਲ ਪੰਥ ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ, ਅਤੇ ਅੰਨਦਾਤਾ ਕਿਸਾਨ ਯੂਨੀਅਨ ਦਾ ਵੀ ਦਾਸ, ਆਲ ਇੰਡੀਆ ਦਾ ਜੋ ਮੁੱਖ ਬੁਲਾਰਾ, ਉਹ ਦੋਨਾਂ ਜਥੇਬੰਦੀਆਂ ਵੱਲੋਂ ਆਪ ਦਾਸ ਸਾਰਿਆਂ ਨੂੰ ਵਧਾਈ ਦਿੰਦਾ। ਗੁਰੂ ਸਾਹਿਬ 'ਤੇ ਮਿਹਰ ਭਰੇ ਹੱਥ ਰੱਖਣ, ਚੜ੍ਹਦੀ ਕਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।